ਗਾਉਂਦਾ ਪੰਜਾਬ ਬੇਲੀਓ ਜਦ ਗਾਉਂਦਾ ਪੰਜਾਬ ਜਦ ਗਾਉਂਦਾ ਪੰਜਾਬ ਸੋਹਣਿਆ ਜਦ ਗਾਉਂਦਾ ਮੈਂ ਤਸੂਰਾਂ ਦੀ ਕੁਲੇ ਪਾਉਣ ਵਿੱਚ ਜਿਉਂ ਕੁਲੇ ਗੁਲਾਬ ਜਦ ਗਾਉਂਦਾ ਪੰਜਾਬ ਬੇਲੀਓ ਜਦ ਗਾਉਂਦਾ ਪੰਜਾਬ ਜਿਉਂ ਗਾਉਂਦਾ ਪੰਜਾਬ ਬੇਲੀਓ ਜਿਉਂ ਗਾਉਂਦਾ ਪੰਜਾਬ ਜਰਨੈਲ ਕੁਮਾਨ ਜੀ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੱਲੇ ਬੱਲੇ ਦੇ ਸਾਰੇ ਦਰਸ਼ਕਾਂ ਨੂੰ ਅਤੇ ਪੰਜਾਬ ਪੰਜਾਬੀ ਪੰਜਾਬੀ ਨੂੰ ਪਿਆਰ ਕਰਨ ਸਾਰੇ ਤਰ੍ਹਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਬਠਿੰਡਾ ਹੋ ਗਿਆ ਅੱਜ ਅਸੀਂ ਲੁਧਿਆਣੇ ਆਏ ਹਾਂ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਜਿਸ ਗੱਲ ਨੂੰ ਲੈ ਕੇ ਚੱਲੇ ਸੀ ਉਹਦਾ ਰਿਸਪੋਂਸ ਤਾਂ ਸਾਨੂੰ ਅੰਮ੍ਰਿਤਸਰ ਹੀ ਪਤਾ ਲੱਗ ਗਿਆ ਸੀ ਦੂਜੇ ਪੜਾਅ ਸੀ ਅਤੇ ਬਠਿੰਡੇ ਵੀ ਆਪਾਂ ਨੂੰ ਹੋਰ ਵਧੀਆ ਪਤਾ ਲੱਗ ਗਿਆ ਸੀ ਕਿ ਵੀ ਸਾਡਾ ਜੋ ਮਕਸਦ ਅਸੀਂ ਲੈ ਕੇ ਚੱਲੇ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਅਤੇ ਲੁਧਿਆਣੇ ਪਹੁੰਚੇ ਹਾਂ ਕਿਉਂਕਿ ਆਪਾਂ ਅੱਜ ਇੱਥੇ ਲੁਧਿਆਣਾ ਤਾਂ ਪਹਿਲੇ ਦਿਨ ਹੀ ਕਲਾਕਾਰਾਂ ਦੀ ਮੰਡੀ ਮੰਨਿਆ ਗਿਆ ਇੱਥੇ ਤਾਂ ਹੁਣ ਦਹਾਕਿਆਂ ਤੋਂ ਕਲਾਕਾਰ ਵੱਡੇ ਵੱਡੇ ਫਨਕਾਰ ਇੱਥੋਂ ਹੋਏ ਨੇ ਇਸ ਧਰਤੀ ਤੋਂ ਜੇ ਅੱਜ ਮਾਡਰਨ ਦੀ ਗੱਲ ਕਰੀਏ ਦਲਜੀਤ ਸਿੰਘ ਪੁਰਾਣਿਆਂ ਤੋਂ ਆਪਾਂ ਗੱਲ ਕਰੀਏ ਜਨਾਬ ਮੁਹੰਮਦ ਸਿੰਘ ਸਾਹਿਬ ਮੇਰੇ ਗੁਰੂ ਜੀ ਮੇਰੇ ਉਸਤਾਦ ਜੀ ਅਤੇ ਕੁਲਦੀਪ ਮਾਣਕ ਸਾਹਿਬ ਵਰਗੇ ਕਿੰਨੀ ਸੈਂਕੜੇ ਕਲਾਕਾਰ ਇਸ ਧਰਤੀ ਦੀ ਮਤਲਬ ਕਰਮ ਭੂਮੀ ਮੰਨ ਕੇ ਗਏ ਨੇ ਦੇਖੋ ਅਸੀਂ ਜਿਹੜਾ ਜੇ ਐਲ ਪੀ ਲਗਾਉਂਦਾ ਪੰਜਾਬ ਸ਼ੋਅ ਲੈ ਕੇ ਚੱਲ ਰਹੇ ਹਾਂ ਇਹਦਾ ਮੇਨ ਮਕਸਦ ਹੈਗਾ ਕਿ ਅਸੀਂ ਨਵੇਂ ਕਲਾਕਾਰਾਂ ਦੀ ਤਲਾਸ਼ ਦੇ ਵਿੱਚ ਨਿਕਲੇ ਹੋਏ ਹਾਂ ਨਵੀਆਂ ਆਵਾਜ਼ਾਂ ਦੀ ਤਲਾਸ਼ 'ਚ ਨਿਕਲੇ ਹੋਏ ਹਾਂ ਅਸ਼ਮੀਤ ਸਿੰਘ ਹੋਰਾਂ ਨੇ ਆਪਦੇ ਟਾਈਮ ਦੇ ਉੱਤੇ ਜਦੋਂ ਉਹਨਾਂ ਨੇ ਉਹ ਕੰਪਟੀਸ਼ਨ ਜਿੱਤ ਕੇ ਪੂਰੀ ਦੁਨੀਆ ਹਿਲਾ ਕੇ ਰੱਖਤੀ ਸੀ ਇਸ ਧਰਤੀ ਤੋਂ ਚੱਲ ਕੇ ਬੰਬੇ ਵਰਗੀ ਇੰਡਸਟਰੀ ਦੇ ਵਿੱਚ ਜਾ ਕੇ ਹਿੰਦੀ ਗਾਇਕੀ ਦੇ ਵਿੱਚ ਤਾਂ ਉਹ ਇੱਕ ਸੁਰ ਸੀਗੇ ਮੈਲੋਡੀ ਸੀ ਉਹਨਾਂ ਦੇ ਗਲੇ ਦੇ ਵਿੱਚ ਉਹ ਚਲੋ ਠੀਕ ਹੈ ਸਾਡੀ ਬਦਕਿਸਮਤੀ ਕਿ ਅਸੀਂ ਉਹਨਾਂ ਨੂੰ ਮਤਲਬ ਨਹੀਂ ਮਾਣ ਪਾ ਰਹੇ ਪਰ ਕੀ ਹੁੰਦਾ ਜਦੋਂ ਆਪਾਂ ਗੀਤ ਸੰਗੀਤ ਦੀ ਗੱਲ ਕਰਨੀ ਹੈ ਤਾਂ ਸਾਨੂੰ ਇੱਕ ਇਹੀ ਜਿਹੀ ਜਗ੍ਹਾ ਹੀ ਚੁਣਨੀ ਚਾਹੀਦੀ ਹੈ ਜਿੱਥੇ ਸੰਗੀਤਕ ਘੇਰਾ ਹੋਵੇ ਸੰਗੀਤਕ ਦਾਇਰਾ ਹੋਵੇ ਸੰਗੀਤਕ ਔਰਾ ਹੋਵੇ ਅਤੇ ਜਿਹੜੀ ਅਸ਼ਮੀਤ ਸੰਗੀਤ ਅਕੈਡਮੀ ਹੈਗੀ ਹੈ ਇੱਥੇ ਬੱਚੇ ਰੋਜ਼ਾਨਾ ਸਿੱਖਣ ਆਉਂਦੇ ਆ ਇੱਥੇ ਮਿਊਜ਼ਿਕ ਕਲਾਸਾਂ ਲੱਗਦੀਆਂ ਇੱਥੇ ਰਿਦਮ ਦੇ ਨਾਲ ਪੈਰ ਥਿਰਕਦੇ ਆ ਤਾਂ ਇੱਥੇ ਇੱਕ ਔਰੇ ਦੇ ਵਿੱਚ ਗੀਤ ਸੰਗੀਤ ਗੂੰਜ ਰਿਹਾ ਤਾਂ ਇੱਕ ਹੋਰ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਜਿਹੜੀ ਅਸ਼ਮੀਤ ਸਿੰਘ ਹੋਰਾਂ ਦੀ ਰੂਹ ਹੈਗੀ ਕਿਉਂਕਿ ਆਪਾਂ ਨੂੰ ਪਤਾ ਕਿ ਸਰੀਰ ਜਾਂਦੇ ਨੇ ਰੂਹਾਂ ਕਿਤੇ ਨਹੀਂ ਜਾਂਦੀਆਂ ਉਹ ਵੀ ਇਹਨਾਂ ਬੱਚਿਆਂ ਦੇ ਅਗਲ ਬਗਲ ਹੋ ਕੇ ਇਹਨਾਂ ਨੂੰ ਮਤਲਬ ਆਸ਼ੀਰਵਾਦ ਦੇ ਰਹੇ ਹੋਣਗੇ ਆਪਾਂ ਚਾਹਾਂਗੇ ਕਿ ਇਸ ਜਗ੍ਹਾ ਦੇ ਉੱਤੋਂ ਸਾਨੂੰ ਕੋਈ ਨਾ ਕੋਈ ਕਿਹਾ ਜਿਹਾ ਕਲਾਕਾਰ ਜ਼ਰੂਰ ਮਿਲੇ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਪੰਜਾਬ ਪੰਜਾਬੀ ਪੰਜਾਬੀ ਦਾ ਨਾਂ ਉੱਚਾ ਕਰੇ ਅਤੇ ਉਹਦੇ ਗਲੇ ਦੇ ਵਿੱਚ ਕੋਈ ਇੱਦਾਂ ਦੀਆਂ ਮੈਲੋਡੀ ਚੀਜ਼ਾਂ ਹੋਣ ਜਿਹੜੀਆਂ ਕਿ ਪੂਰੀ ਦੁਨੀਆ ਦੇ ਮਤਲਬ ਕੰਨਾਂ ਰਾਹੀਂ ਜਾ ਕੇ ਉਹਨਾਂ ਦਿਲ ਨੂੰ ਠੰਡਕ ਪਹੁੰਚਾਉਣ ਰੱਬ ਸੋਨੀ ਹਾਲ ਗਾ ਰੇ ਮਨਵਾ ਦੂਜੋ ਨਾਹੀ ਸ਼ਰਨ ਵਾ ਰੱਬ ਸੋਨੀ ਹਾਲ ਗਾ ਰੇ ਮਨਵਾ ਸੁਰਜੀਤ ਮਾਣਕ ਜੀ ਇੱਥੇ ਮੇਰੇ ਨਾਲ ਖੜ੍ਹੇ ਨੇ ਜੋ ਅੱਜ ਇੱਕ ਬਹੁਤ ਹੀ ਜ਼ਰੂਰੀ ਕੰਮ ਕਰਨ ਵਾਲੇ ਨੇ ਜੀ ਹਾਂ ਲੁਧਿਆਣਾ ਵਿੱਚ ਹੋ ਰਹੇ ਆਡੀਸ਼ਨਸ ਦੇ ਜੱਜ ਬਣ ਕੇ ਅੱਜ ਉਹ ਪੇਸ਼ ਹੋਣਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਮੈਡਮ ਜੀ ਅਤੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਵੀ ਜੇ ਐਲ ਪੀ ਐਲ ਵੱਲੋਂ ਗਾਉਂਦਾ ਪੰਜਾਬ ਉੱਭਰਦੇ ਸਿਤਾਰਿਆਂ ਨੂੰ ਮੌਕਾ ਦੇ ਰਿਹਾ ਅਤੇ ਜਿਹੜੇ ਮਿਹਨਤੀ ਗਾਇਕ ਆ ਉਹ ਅੱਗੇ ਆਉਣਗੇ ਅਤੇ ਮੇਰੇ ਵੱਲੋਂ ਮੇਰੇ ਉਸਤਾਦ ਜੀ ਸ਼੍ਰੀ ਕੁਲਦੀਪ ਮਾਣਕ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਨਵੇਂ ਕਲਾਕਾਰਾਂ ਨੂੰ ਅਤੇ ਸਾਰੇ ਜੇ ਐਲ ਪੀ ਐਲ ਦੀ ਸਾਰੀ ਗਾਉਂਦਾ ਪੰਜਾਬ ਦੀ ਸਾਰੀ ਕਮੇਟੀ ਨੂੰ ਲੱਖ ਲੱਖ ਮੁਬਾਰਕ ਮੇਰੇ ਉਸਤਾਦ ਜੀ ਸਰਬ ਸ਼੍ਰੀ ਕੁਲਦੀਪ ਮਾਣਕ ਜੀ ਉਹਨਾਂ ਦੇ ਗਾਏ ਹੋਏ ਪਵਿੱਤਰ ਗੀਤਾਂ ਵਿੱਚੋਂ ਸਭ ਤੋਂ ਪਹਿਲਾਂ ਤਾਂ ਹੀਰ ਦੀ ਕਲੀ ਪੇਸ਼ ਕਰਦੇ ਹਾਂ ਉਹ ਤੇਰੇ ਟਿੱਲੇ ਤੋਂ ਉਹ ਸੂਰਤ ਦੀਦੀ ਆ ਹੀਰ ਦੀ ਉਹ ਲੈ ਵੇਖ ਗੋਰਖਾ ਉੱਡਦੀ ਏ ਫੁਲਕਾਰੀ ਦੋਨੋਂ ਨੈਣ ਜੱਟੀ ਦੇ ਪਰੇ ਨੇ ਕੌਲੀ ਸ਼ਰਾਬ ਦੇ ਤਾਂ ਸੁਰਾਹੀ ਮੰਗੀ ਮਿਰਗਾ ਤੋਰ ਉਧਾਰੀ ਗਾਉਂਦਾ ਪੰਜਾਬ ਇੱਕ ਐਸਾ ਰਿਐਲਿਟੀ ਸ਼ੋਅ ਹੈ ਮੇਰਾ ਖਿਆਲ ਹੈ ਰਿਐਲਿਟੀ ਸ਼ੋਅਜ਼ ਦੀ ਹਿਸਟਰੀ 'ਚ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਜਿੱਥੇ ਰਾਈਟਰਸ ਨੂੰ ਵੀ ਮੌਕਾ ਮਿਲ ਰਿਹਾ ਸਿੰਗਰਸ ਤਾਂ ਆਲਰੇਡੀ ਉਹਨਾਂ ਦੇ ਰਿਐਲਿਟੀ ਸ਼ੋਅਜ਼ ਹੁੰਦੇ ਰਹੇ ਨੇ ਅਤੇ ਰਿਐਲਿਟੀ ਸ਼ੋਅਜ਼ ਦੇ ਵਿੱਚ ਕੰਪੋਜ਼ਰਸ ਨੂੰ ਪਹਿਲੀ ਵਾਰੀ ਮੌਕਾ ਮਿਲ ਰਿਹਾ ਸੋ ਇਹ ਇੱਕ ਬਹੁਤ ਵਧੀਆ ਇੱਕ ਉਪਰਾਲਾ ਅਤੇ ਜਿਹਦਾ ਸਲੋਗਨ ਹੀ ਇੱਕ ਪਿੰਡ ਇੱਕ ਕਲਾਕਾਰ ਸੋ ਆਪਣੇ ਆਪ ਦੇ ਵਿੱਚ ਬੜਾ ਵਧੀਆ ਸ਼ੋਅ ਹੋਣ ਵਾਲਾ ਇਹ
ਤੇ ਬਾਕੀ ਤਾਂ ਤੁਹਾਡੇ ਸਾਹਮਣੇ ਹੀ ਆ ਬੱਚੇ ਮੈਂ ਦੇਖ ਰਿਹਾ ਬੜਾ ਉਤਸ਼ਾਹ ਉਹਨਾਂ 'ਚ ਤੇ ਓਬਵੀਅਸਲੀ ਬੱਲੇ ਬੱਲੇ ਹੋਣ ਵਾਲੀ ਹੈ ਹੋ ਸੱਜਣਾ ਸੋਹਣਿਆ ਤੇਰੇ ਇਸ਼ਕ ਨੇ ਉਹ ਦਿੱਤਾ ਆਪਣਾ ਰੰਗ ਦਿਖਾ ਹੋ ਤੇਰਾ ਨਾਂ ਲੈ ਕੇ ਦਿਲ ਧੜਕਦਾ ਹੋ ਤੇਰਾ ਨਾਂ ਲੈ ਚੱਲਦੇ ਸਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਬਿਲਕੁਲ ਠੀਕ ਆ ਤੁਸੀਂ ਠੀਕ ਹੋ ਬੱਲੇ ਬੱਲੇ ਵਾਲੇ ਹੋ ਮੈਂ ਬਿਲਕੁਲ ਵਧੀਆ ਬੱਲੇ ਬੱਲੇ ਕਰਾਈ ਜਾਂਦੇ ਹੋ ਹਾਂਜੀ ਬਿਲਕੁਲ JLPL ਗਾਉਂਦਾ ਪੰਜਾਬ ਜਿਹੜਾ ਪੂਰੇ ਪੰਜਾਬ ਵਿੱਚ ਬੱਲੇ ਬੱਲੇ ਕਰਾ ਰਿਹਾ ਕਿਉਂਕਿ ਜਲੰਧਰ ਐਂਡ ਅੰਮ੍ਰਿਤਸਰ ਬਠਿੰਡਾ ਅਤੇ ਕਲਾਕਾਰਾਂ ਦੀ ਜਿਹੜੀ ਮੰਡੀ ਅੱਜ ਅਸੀਂ ਲੁਧਿਆਣੇ ਪਹੁੰਚੇ ਹੋਏ ਹਾਂ ਅਤੇ ਕੱਲ੍ਹ ਨੂੰ ਫਿਰ ਤਿਆਰੀਆਂ ਪਟਿਆਲੇ ਦੀਆਂ ਅਤੇ ਮੈਂ ਆਸਵੰਦ ਹਾਂ ਕਿ ਤੁਸੀਂ ਸਾਰੇ ਅਤੇ ਤੁਹਾਡੇ ਜਿੰਨੇ ਸਰੋਤੇ ਆ ਬੱਲੇ ਬੱਲੇ ਚੈਨਲ ਦੇ ਤੁਹਾਡੀ ਜਿੰਨੀ ਵੀ ਟੀਮ ਹੈ ਉਹ ਵੀ ਹਮੇਸ਼ਾ ਬੱਲੇ ਬੱਲੇ ਰੱਖੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਅੱਜ ਆਡੀਸ਼ਨਸ ਦਾ ਚੌਥਾ ਦਿਨ ਹੈ ਅਤੇ ਅੱਜ ਅਸੀਂ ਲੁਧਿਆਣਾ ਸ਼ਹਿਰ ਵਿੱਚ ਆਏ ਹਾਂ ਅਤੇ ਸਰ ਤੁਹਾਡੇ ਦੋਵਾਂ ਦਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਸਾਡਾ ਐਕਸਪੀਰੀਅੰਸ ਤਾਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਇੰਨਾ ਮਤਲਬ ਸਾਨੂੰ ਇੱਦਾਂ ਲੱਗਦਾ ਹੈ ਕਿ ਸਦੀ ਬਦਲੀ ਹੈ ਇੰਨਾ ਟੈਲੈਂਟ ਪੰਜਾਬ ਦੇ ਵਿੱਚ ਹੈ ਇਸੇ ਕਰਕੇ ਪੰਜਾਬ ਅੱਜ ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਛਾਇਆ ਹੋਇਆ ਕਿਉਂਕਿ ਪੰਜਾਬ ਦੇ ਬਲੱਡ ਦੇ ਵਿੱਚ ਹਰ ਤਰ੍ਹਾਂ ਦੀ ਕਲਾ ਆ ਬਸ ਗਾਉਂਦਾ ਪੰਜਾਬ ਇੱਕ ਇਹੋ ਜਿਹਾ ਪਲੇਟਫਾਰਮ ਬੱਚਿਆਂ ਨੂੰ ਮਿਲ ਗਿਆ ਕਿਉਂਕਿ ਕਈ ਵਾਰੀ ਬੱਚੇ ਮਜਬੂਰੀਆਂ ਦੇ ਕਰਕੇ ਨਹੀਂ ਅੱਗੇ ਆ ਪਾਉਂਦੇ ਇਸ ਕਰਕੇ ਅੱਜ JLPL ਗਾਉਂਦਾ ਪੰਜਾਬ ਦੇ ਵਿੱਚ ਮੈਂ ਅਕਸਰ ਕਹਿੰਦਾ ਹੁੰਦਾ ਕਿ ਵਫਾਦਾਰੀਆਂ ਦਾ ਨਾਮ ਹੈ ਪੰਜਾਬ ਸਰਦਾਰੀਆਂ ਦਾ ਨਾਮ ਹੈ ਪੰਜਾਬ ਬਾਈ ਦੱਸੋ ਕਿਹੜਾ ਬਣੂ ਇਹਦੇ ਮੂਹਰੇ ਹੁਸ਼ਿਆਰ ਹੁਸ਼ਿਆਰੀਆਂ ਦਾ ਨਾਮ ਹੈ ਪੰਜਾਬ ਯਾਰ ਯਾਰਾਂ ਲਈ ਯਾਰੀ ਉੱਤੋਂ ਜਿੰਦ ਵਾਰਦੇ ਉਹਨਾਂ ਯਾਰੀਆਂ ਦਾ ਨਾਮ ਹੈ ਪੰਜਾਬ ਦਿਲ ਦੇ ਕੇ ਯਾਰ ਜਿੱਥੇ ਮਰਨੋਂ ਨਹੀਂ ਡਰਦੇ ਦਿਲਦਾਰੀਆਂ ਦਾ ਨਾਮ ਹੈ ਪੰਜਾਬ ਵਫਾਦਾਰੀਆਂ ਦਾ ਨਾਮ ਹੈ ਪੰਜਾਬ ਸੋ ਅੱਜ ਛਾਉਂਦਾ ਹੈ ਪੰਜਾਬ ਅਤੇ ਅੱਜ ਗਾਉਂਦਾ ਹੈ ਪੰਜਾਬ ਕਿ ਜਿਹੜਾ ਢੋਲੀਆ ਢੋਲੇ ਉੱਤੇ ਡਗਾ ਲਾਈ ਹੋਏ ਹੱਥ ਰੱਖ ਕੰਨ ਉੱਤੇ ਬੋਲੀ ਤੂੰ ਪਾਈ ਹੋਏ ਪਾਵਾਂ ਭੰਗੜਾ ਖੁਸ਼ੀ ਦੇ ਵਿੱਚ ਗਾਉਂਦਾ ਪੰਜਾਬ ਮੇਰਾ ਰਹੇ ਗਾਉਂਦਾ ਫੁੱਲ ਖਿੜਿਆ ਸਾਰਿਆਂ ਦੇ ਮਨ ਭਾਉਂਦਾ ਪੰਜਾਬ ਮੇਰਾ ਰਹੇ ਵੱਸਦਾ ਪੰਜਾਬ ਮੇਰਾ ਹੱਸਦਾ ਰਹੇ ਵੱਸਦਾ ਰਹੇ ਨੱਚਦਾ ਰਹੇ ਅਤੇ ਨਾਲ ਦੀ ਨਾਲ ਪੰਜਾਬ ਸਿਹਤਮੰਦ ਰਹੇ ਅਤੇ ਸਾਰਿਆਂ ਨੂੰ ਬੇਨਤੀ ਹੈ ਦਲਵਿੰਦਰ ਦਿਆਲਪੁਰੀ ਵੱਲੋਂ ਕਿ ਬਸੰਤ ਆ ਰਹੀ ਹੈ ਅਤੇ ਬਸੰਤ ਤੋਂ ਬਾਅਦ ਵੀ ਤੁਸੀਂ ਜਿਹੜੇ ਨਾ ਚਾਈਨਾ ਡੋਰ ਨਹੀਂ ਵਰਤਣੀ ਉਹੀ ਅਲੱਗ ਮੈਂ ਮੈਸੇਜ ਦੇ ਰਿਹਾ ਮੈਂ ਬਹੁਤ ਐਕਸੀਡੈਂਟ ਦੇਖ ਰਿਹਾ ਕਿ ਜਿਹਨਾਂ ਨੇ ਕੁਛ ਵੀ ਨਹੀਂ ਕੀਤਾ ਉਹਨਾਂ ਦੇ ਟਾਂਕੇ ਲੱਗੇ ਹੋਏ ਨੇ ਹੋਸਪਿਟਲਾਂ 'ਚ ਲੰਮੇ ਪਏ ਹੋਏ ਨੇ ਅਤੇ ਚਾਈਨਾ ਡੋਰ ਨਹੀਂ ਵਰਤਣੀ ਪਤੰਗ ਚੜਾਓ ਖੁਸ਼ੀ ਦੀਆਂ ਗੁੱਡੀਆਂ ਲੁੱਡੀਆਂ ਪਾਓ ਅਤੇ ਨਾਲ ਦੀ ਨਾਲ ਸਰ ਸਾਰਾ ਸਮਾਨ ਜਿਹੜਾ ਇੰਡੀਆ ਦਾ ਵਰਤੋਂ ਕਿਉਂ ਬਿਰਦੀ ਸਾਹਿਬ ਕਿਆ ਬਾਤ ਹੈ ਸਰ ਉਹਨਾਂ ਨੇ ਤਾਂ ਆਪਣੀ ਗੱਲ ਰੱਖਤੀ ਹੈ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਐਕਸਪੀਰੀਅੰਸ ਬਾਰੇ ਦੇਖੋ ਜੀ ਮੈਂ ਇੱਕ ਗੱਲ ਜਾਣਦਾ ਵੀ ਸਾਡੇ ਪੰਜਾਬੀ ਜਿਹੜੇ ਹਮੇਸ਼ਾ ਗਾਉਂਦੇ ਚੰਗੇ ਲੱਗਦੇ ਜਿੱਥੇ ਸੂਰਬੀਰ ਬਹਾਦਰ ਕਰਕੇ ਪੰਜਾਬੀ ਮੰਨੇ ਜਾਂਦੇ ਆ ਅਤੇ ਉੱਥੇ ਸਾਡੇ ਪੰਜਾਬੀ ਹਮੇਸ਼ਾ ਹੱਸਦੇ ਗਾਉਂਦੇ ਚੰਗੇ ਕਿਉਂਕਿ ਇਸ ਪ੍ਰੋਗਰਾਮ ਦਾ ਨਾਮ ਹੀ ਗਾਉਂਦਾ ਪੰਜਾਬ JLPL ਗਾਉਂਦਾ ਪੰਜਾਬ ਕੱਲ ਜੀ ਮੈਂ ਏਕਮ ਕੌਰ ਅਸੀਂ JLPL ਗਾਉਂਦਾ ਪੰਜਾਬ ਆਡੀਸ਼ਨ ਦੇਣ ਆਏ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਆਸ਼ਾ ਮੈਂ ਹਿਮਾਚਲ ਤੋਂ ਆਈ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਮੀਨਾ ਅਤੇ ਮੈਂ ਪਠਾਨਕੋਟ ਤੋਂ ਆਈ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨ ਮੈਂ ਬਰਮਾ ਤੋਂ ਆਈ ਹਾਂ ਹੋ ਕਾਲਾ ਸ਼ਾ ਕਾਲਾ ਹੋ ਕਾਲਾ ਸ਼ਾ ਕਾਲਾ ਮੇਰਾ ਕਾਲਾ ਏ ਸਰਦਾਰ ਗੋਰਿਆਂ ਨੂੰ ਦਫਾ ਕਰੋ ਹੋ ਗੋਰਿਆਂ ਨੂੰ ਦਫਾ ਕਰੋ ਮੈਂ ਆਪ ਤਿਲੇ ਦੀ ਤਾਰ ਕਾਲਾ ਸ਼ਾ ਕਾਲਾ ਹੋ ਕਾਲਾ ਸ਼ਾ ਕਾਲਾ ਮੇਰਾ ਕਾਲਾ ਏ ਸਰਦਾਰ ਗੋਰਿਆਂ ਨੂੰ ਦਫਾ ਕਰੋ ਹੋ ਗੋਰਿਆਂ ਨੂੰ ਦਫਾ ਕਰੋ ਮੈਂ ਆਪ ਤਿਲੇ ਦੀ ਤਾਰ ਕਾਲਾ ਸ਼ਾ ਕਾਲਾ ਨਾਮ ਹੈ ਤੁਹਾਡਾ ਖੁਸ਼ੀ ਖੁਸ਼ੀ ਤੁਸੀਂ ਕਿੰਨੇ ਸਾਲ ਦੇ ਮੈਂ 17 ਇਅਰਸ ਦੀ ਹਾਂ ਓਨਲੀ 17 ਇਅਰਸ ਵਾਓ ਕਿੰਨੇ ਸਾਲਾਂ ਤੋਂ ਮਿਊਜ਼ਿਕ ਸਿੱਖ ਰਹੇ ਹੋ ਮੈਂ 2 ਸਾਲ ਹੋ ਗਏ ਅੱਛਾ 2 ਸਾਲ ਹੋ ਗਏ ਪ੍ਰੋਫੈਸ਼ਨਲ ਟ੍ਰੇਨਿੰਗ ਲੈ ਰਹੇ ਹੋ ਕੋਈ ਹਾਂਜੀ ਉਹ ਮੈਂ 1 ਸਾਲ ਤੋਂ ਲੈ ਰਹੀ ਹਾਂ ਓਕੇ ਅੱਜ ਕੀ ਗਾਣ ਵਾਲੇ ਹੋ ਅੰਦਰ ਅੱਜ ਮੈਂ ਉਹ ਮਾਹੀ ਵੇ ਸੌਂਗ ਗਾਣ ਵਾਲੀ ਹਾਂ ਅੱਛਾ ਮਾਹੀ ਵੇ ਮਿਊਜ਼ਿਕ ਨਾਲ ਕਿੰਨਾ ਕੀ ਪਿਆਰ ਹੈ ਬਹੁਤ ਜ਼ਿਆਦਾ ਸੁਰਾਂ ਦੀ ਕੁੜੇ ਸੁਰਾਂ ਵਿੱਚ ਜਿਵੇਂ ਸੋਹਣੀ ਹੈ ਗੁਲਾਬ
जद गाउंदा पंजाब बेलिए जद गाउंदा पंजाब जद गाउंदा पंजाब सोणिया जद गाउंदा पंजाब। पिंदर सिंह मैडम। पिंदर सिंह जी की करदे हो तुसी? मैडम मैं पार्लर दा कोर्स करदा नाल नाल सिंगिंग दा भी शौक है। अच्छा, कोई प्रोफेशनल ट्रेनिंग लीती है सिंगिंग दी? नहीं मैडम, अदरवाइज अपना रियाज ही करदा मैं जो भी करदा। अच्छा, कदी नहीं सीखी? नहीं मैडम। ਕਿਵੇਂ ਸ਼ੌਂਕ ਪਿਆ ਗਾਉਣ ਦਾ? ਮੈਡਮ ਸ਼ੌਂਕ ਤਾਂ ਸਟਾਰਟਿੰਗ ਤੋਂ ਬਚਪਨ ਤੋਂ ਹੀ ਆ, ਵੀ ਅਦਰਵਾਇਜ਼ ਹੁਣ ਠੀਕ ਆ, ਅੱਛਾ ਗਾ ਲਈਦਾ, ਠੀਕ ਆਪਣੇ ਜੋਗਾ ਵਧੀਆ ਕਰ ਲਈਦਾ। ਅੱਛਾ, ਕੌਨਫੀਡੈਂਸ ਹੈ ਪੂਰਾ ਕਿ ਮੈਂ ਵਧੀਆ ਗਾ ਲਈ? ਜੀ ਮੈਡਮ, ਜੀ ਜੀ। ਅੱਛਾ, ਅੱਜ ਕੀ ਸੁਣਾਉਣ ਵਾਲੇ ਹੋ ਅੰਦਰ? ਮੈਡਮ ਮੈਂ ਆਪਣਾ ਗਾਣਾ ਹੀ ਗਾਉਂਗਾ ਜੋ ਅੱਜ ਕੱਲ੍ਹ ਦਾ ਦੌਰ ਚੱਲ ਰਿਹਾ ਵਾ। ਅੱਛਾ, ਆਪ ਲਿਖੇ? ਜੀ ਮੈਡਮ ਜੀ। ਓਕੇ, ਚਲੋ ਸੁਣਾ ਦਿਓ ਫਿਰ। ਹੋ ਬੱਸ ਅੱਡੇ ਉੱਤੋਂ ਚੜ੍ਹਦੀ ਤੂੰ ਢੇਲੀਣੀ, ਨਾਲ ਹੁੰਦੀ ਤੇਰੀ ਨੋਟੀ ਜੀ ਸਹੇਲੀ ਨੀ। ਹੋ ਬੱਸ ਅੱਡੇ ਉੱਤੋਂ ਚੜ੍ਹਦੀ ਤੂੰ ਢੇਲੀ ਨੀ, ਨਾਲ ਹੁੰਦੀ ਤੇਰੀ ਨੋਟੀ ਜੀ ਸਹੇਲੀ ਨੀ। ਹੋ ਮੈਂ ਵੀ ਹੋ ਕੇ ਤਿਆਰ ਕਰੋ ਨਿਕਲਾਂ ਤੇ ਚੁੱਕਾਂ ਤੇਰਾ ਟਾਈਮ ਸੋਹਣੀਏ, ਦਿਲ ਕਰੇ ਤੈਨੂੰ ਆਪਣੀ ਬਣਾ ਲਵਾਂ ਤੂੰ ਲੱਗੇ ਬੜੀ ਕੈਮ ਸੋਹਣੀਏ, ਦਿਲ ਕਰੇ ਤੈਨੂੰ ਆਪਣੀ ਬਣਾ ਲਵਾਂ ਤੂੰ ਲੱਗੇ ਬੜੀ ਕੈਮ ਸੋਹਣੀਏ। ਬੜੇ ਚਿਰ ਤੋਂ ਉਮੀਦਾਂ ਸਾਨੂੰ ਤੇਰੀਆਂ, ਨੱਚ ਨੱਚ ਕੇ ਲਿਆ ਦੇ ਬਿੱਲੋ ਨੇਰੀਆਂ। ਬੜੇ ਚਿਰ ਤੋਂ ਉਮੀਦਾਂ ਸਾਨੂੰ ਤੇਰੀਆਂ, ਨੱਚ ਨੱਚ ਕੇ ਲਿਆ ਦੇ ਬਿੱਲੋ ਨੇਰੀਆਂ। ਅੱਜ ਆਜੂਗਾ ਨਜ਼ਾਰਾ ਨੀ ਤੂੰ ਲਾ ਦੇ ਯੋਰ ਸਾਰਾ, ਆਜੂਗਾ ਨਜ਼ਾਰਾ ਨੀ ਤੂੰ ਲਾ ਦੇ ਯੋਰ ਸਾਰਾ, ਦੇਖ ਪੱਬ ਦੇਖ ਲੱਕ ਦਾ ਹੁਲਾਰਾ ਬੱਬ ਚੱਕ ਕੁੜੀਏ, ਤੇਰੇ ਨੱਚਦੀ ਦੀ ਵੀਡੀਓ ਬਣਾਉਣੀ ਅਗਿੱਧੇ ਵਿੱਚ ਨੱਚ ਕੁੜੀਏ, ਤੇਰੀ ਨੱਚਦੀ ਦੀ ਵੀਡੀਓ ਬਣਾਉਣੀ ਅਗਿੱਧੇ ਵਿੱਚ ਨੱਚ ਕੁੜੀਏ। ਤੈਨੂੰ ਜਿਸ ਵੇਲੇ ਵੀ ਸੱਚੇ ਰੱਬ ਨੇ ਸਿਰਜਿਆ ਹੋਊ, ਨੀ ਰੰਗ ਲਾਲ ਗੁਲਾਬੀ ਦੁੱਧ ਵਿੱਚ ਪਾ ਕੇ ਰਿੜਕਿਆ ਹੋਊ, ਤੈਨੂੰ ਜਿਸ ਵੇਲੇ ਵੀ ਸੱਚੇ ਰੱਬ ਨੇ ਸਿਰਜਿਆ ਹੋਊ, ਨੀ ਰੰਗ ਲਾਲ ਗੁਲਾਬੀ ਦੁੱਧ ਵਿੱਚ ਪਾ ਕੇ ਰਿੜਕਿਆ ਹੋਊ। ਰੱਬ ਕਿਸੇ ਨਦੀ ਕਿਨਾਰੇ ਬਹਿ ਕੇ ਕੋਲੇ ਪੰਜੇ ਹੀ ਤੱਤ ਲੈ ਕੇ ਸਿਰਜੀ ਹੋਣੀ ਐ ਨੀ ਤੂੰ ਕੁਦਰਤ ਦੀ ਕਾਇਆ। ਹੋ ਖੇਤਾਂ ਵਿੱਚ ਬੁੱਕਦਾ ਹੈ ਫੋੜ ਗੋਰੀਏ, ਸਾਡਾ ਇੱਥੇ ਯਾ ਕਨੇਡਾ ਹੱਬ ਰੋਡ ਗੋਰੀਏ, ਟੈਨਸ਼ਨ ਹਣੀ ਹੁਣ ਦਿੰਦੇ ਸਿਰ ਉੱਤੇ ਬਿੱਲੋ, ਬੇਬੇ ਬਾਪੂ ਸਾਡੇ ਲਈ ਆ ਸਾਡਾ ਗੋਡ ਗੋਰੀਏ, ਯਾਰਾਂ ਨਾਲ ਦਿਲ ਦੀਆਂ ਸਾਂਝੀਆਂ ਨੇ ਗੱਲਾਂ ਮੁੰਡਾ ਲੰਡੂਆਂ ਨੂੰ ਗੱਲ ਕਦੇ ਸ਼ੇਰ ਨਾ ਕਰੇ, ਲਾਈਫ ਸਿਰਾ 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 ਚੱਲੀ ਜਾਂਦੀ ਆ ਝੱਟ ਘੇਰ ਨਾ ਕਰੇ ਘੇਰ ਨਾ ਕਰੇ, ਇੱਕ ਵਾਰੀ ਗੱਲ ਜਿਹੜੀ ਮੂੰਹੋਂ ਕੱਢਤੀ ਉਹ ਮੁੰਡਾ ਫੇਰ ਨਾ ਕਰੇ। ਸਤਿ ਸ਼੍ਰੀ ਅਕਾਲ ਬੇਟਾ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਸਰ ਬਹੁਤ ਵਧੀਆ, ਤੁਸੀਂ ਕਿਵੇਂ ਹੋ? ਬਿਲਕੁਲ ਵੈਰੀ ਗੁੱਡ ਕੰਫੀਡੈਂਸ। ਕੀ ਨਾਮ ਹੈ? ਮੇਰਾ ਨਾਮ ਹਲੀਮ ਕੌਰ ਹੈ। ਮੈਂ ਸਰਤਾਜ ਜੀ ਦੇ ਸੌਂਗ ਸੁਣਾਉਣ ਜਾ ਰਹੀ ਹਾਂ, ਗੁਰਮੁਖੀ ਦਾ ਬੇਟਾ। ਜਿਹਨੂੰ ਖੁਦ ਬਣਾ ਕੇ ਸ਼ਾਇਰ, ਕਰਤੇ ਨੇ ਬਖਸ਼ੀ ਕਵਿਤਾ, ਕਰਤੇ ਨੇ ਬਖਸ਼ੀ ਕਵਿਤਾ, ਆ ਜਿਹਨੂੰ ਖੁਦ ਬਣਾ ਕੇ ਸ਼ਾਇਰ, ਕਰਤੇ ਨੇ ਬਖਸ਼ੀ ਕਵਿਤਾ, ਜਿਹਨੂੰ ਖੁਦ ਬਣਾ ਕੇ ਸ਼ਾਇਰ, ਕਰਤੇ ਨੇ ਬਖਸ਼ੀ ਕਵਿਤਾ, ਸਰਤਾਜ ਨਾਮ ਦੇ ਕੇ ਉਹਨੂੰ ਹੋਰ ਦੇ ਨੇ ਅੱਖਰ, ਉਤਰੇ ਨਾ ਜੋ ਖੁਮਾਰੀ ਉਸ ਲੋਰ ਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਮਿਲ ਗਏ ਬੜੀ ਲੋਰ ਦੇ ਨੇ ਅੱਖਰ, ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਮਿਲ ਗਏ ਬੜੀ ਲੋਰ ਦੇ ਨੇ ਅੱਖਰ। ਸ਼ੀਸ਼ੇ ਨੂੰ ਤਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਨੀ ਇੱਕ ਮੇਰੀ ਅੱਖ ਕਾਸ਼ਨੀ, ਨੀ ਇੱਕ ਮੇਰੀ ਸੱਸ ਨੀ ਬੁਰੀ ਭੈੜੀ ਰੋਹੀ ਤੇ ਕਿੱਕਰ ਤੋਂ ਕਾਲੀ, ਗੱਲੇ ਕਥਵੀਰ ਪੁੰਨਦੀ ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ, ਨੀ ਉਹਦਾ ਕਿਹੜਾ ਚੰਦਰੀ ਦਾ, ਨੀ ਉਹਦਾ ਕਿਹੜਾ ਚੰਦਰੀ ਦਾ, ਨੀ ਮੈਂ ਲਾਚੀਆਂ ਦਾ ਬਾਗ ਉਜਾੜਿਆ ਨੀ ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਹ ਨੀਂਦਰੇ
ने मारिया शीशे नू तरेड़ पै गई वाड़वाउंदी ने ध्यान जदों मारिया नी इक मेरी अख काशनी तू माने जाना माने दिलदारा असा ते तेनू रब मनेया तू माने जाना माने दिलदारा असा ते तेनू रब मनेया दस होर केड़ा रब दा दवाड़ा दस होर केड़ा रब दा दवाड़ा असा ते तेनू रब मनेया तेरे नाल मिलाइया अखियां तू फिर भी दूरियां रखियां तू जित गया तू जित गया बेदर्दा मैं ततड़ी हार गई तेरी बेपरवाही सजना मैनू मार गई तेरी बेपरवाही सजना मैनू मार गई आलिया मैं कहनिया सूहे बचीरे वालिया मैं कहनिया कर छतरी दी छाम छावे बैनिया कर छतरी दी छाम छावे बैनिया सूहे बचीरे वालिया फुल किकरा दे सूहे बचीरे वालिया फुल किकरा दे किकरा लाई बहार मेले मित्रा दे किकरा लाई बहार मेले मित्रा दे सूहे बचेरे वाले आतन जोड़ी दा सूहे बचेरे वाले आतन जोड़ी दा दिल दा नाजुक शीशा इंज नहीं तोड़ी दा दिल दा नाजुक शीशा इंज नहीं तोड़ी दा रे जिगर दे आतर खाड़ा गिली लकड़ी दा चरखा बनाउणा मेरे जिगर दे आतर खाड़ा गिली लकड़ी दा चरखा बनाउणा खूहे तो पानी भरदी मटके मटके बब जावे तरदी खिच गुलेल मारी मुंडिया ने खिच गुलेल मारी मुंडिया ने हसदी हसदी खिजगी कड़ा टुटिया नसीबो दा कड़ा टुटिया नसीबो दा पैरा तक भिजगी पैरा तक भिजगी कड़ा टुटिया नसीबो दा पैरा तक भिजगी पैरा तक भिज गई। सत श्री अकाल जी, मेरा नाम हरलीन कौर है ते मैं श्री फतेहगढ़ साहिब जी तो आई हाँ। तो मैं जी एल पी एल गौंदा पंजाब विच ऑडिशन देन आई सी तो सिलेक्शन हो गया। तो मैं थानू अज फोर लैंग्वेज जिस विच गाना सुनावांगी पंजाबी हिंदी तमिल एंड संस्कृत। फर्स्ट ऑफ ऑल इन पंजाबी ऐसा बूहा खुलिया खड़ाक होया ना नूर दिया लाटा वाल झाक होया ना जदों सबे मानस दी जात जाप दे किदा कहिए आपा साडा पाक होया ना वो जेड़ा सुची आशकी च खाक होया ना रांझे दा वी हीर नाल साक होया ना वो जेड़ा सुची आशकी च खाक होया ना जी रहम तां वी ओहदे वलों टाले करते होरां दी हमायत जदों करन लगो तां उदों समझो कि दाता ने सुखाले करते। ते हुण मैं तुहानूं हिंदी विच सुनावांगी आपकी नजरों ने समझा प्यार के काबिल मुझे दिल की है धड़कन ठहर जा मिल गई मंजिल मुझे आपकी नजरों ने समझा। ते हुण मैं तुहानूं तमिल दे विच सुनाऊंगी अम्माड़ी अम्माड़ी निरंगी उर धर्म पाकवा अयोड़ी मयंगी माड़ी निल पूकवा अम्माड़ी अम्माड़ी नी तोड़ंग तो लाइन दीड़ावा इरुंदा दे मीत कवा ओ इरवा
संकेत गवाओ हे 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 ये नहीं नान पिनाग ये पुरुदुमे उनरला उन्नाले पिनाने इपड़े अद तेरियला विलगी इरंदिड कूडुमो परगं वेलेले विवरं तेरंत पिन मूडिना तवर दानि दिले तन्मे तन्मे संस्कृति सुनाऊंगी कर्पूर गौरम करुणावतारम संसार सारम भुजगेन्द्रहारम सदा वसंतम हृदयारविंदे भवं भवानी सहितं नमामि सानंद मानंद दवने वसंतम आनंद कंदम हतपाप वृंदम हर हर शंभु शंभु शिव महादेव शंभु शंभु शिव महादेव थैंक यू सत श्री अकाल जी की हाल चाल है फाइन एंड यू आई एम गुड की नाम है तुम्हारा ते कितों बिलोंग करते हो तुम मेरा नाम सत्यम सिंह है एंड मैं बिजनौर जिले से बिलोंग करता हूँ नजीबाबाद शहर से ओके ते किवें पता चलिया गोंदा पंजाब बारे एंड हमारे एक फ्रेंड हैं अमन उन्होंने मुझको बताया था कि पंजाब में कंपटीशन हो रहा है अच्छे लेवल का एंड मुझको जाना चाहिए उन्होंने कहा तो मैं उनके साथ वो मुझको लेकर आ गए यहाँ अच्छा वो तुम्हारे हाँ पार्टिसिपेट किया उसमें हाँ तो मुझको भी अच्छा लगा बहुत ज़्यादा अच्छा लगा असी थोड़े ऑडिशन देखे एक पंजाबी कॉम्पीटिशन पार्टिसिपेट किया थानू पंजाबी भी नहीं आती है फिर भी तुसी पंजाबी गाना गाया तो जजेस नू काफ़ी ज़्यादा इंप्रेस किया कि गाना गा के आए हो एक बार साढ़े दर्शकों नू दस दो मैं सतिंदर डॉक्टर सतिंदर सरताज जी का लामा इश्क दी अंबरी उडारियां सॉन्ग एक बार फिर से हो जाए वो गाना ओ बड़ी लंबी है कहानी मेरे प्यार दी ओ बड़ी लंबी है कहानी मेरे प्यार दी आवे संग जदो शीशा मैं निहार दी आवे संग जदो शीशा मैं निहार दी JLPL गोंदा पंजाब डे 4 ते अज असी आए सी लुधियाना शहर दे विच जिथे असी तुहानू एक तो वध एक टैलेंट दे नाल मुलाकात करवाई सारे पार्टिसिपेंट्स वल्लों बहुत ही वधिया रिस्पोंस देखन नू मिलिया ते अज लुधियाना दा सफर हुण इत्थे ही खत्म हुंदा है बट डोंट वरी JLPL गोंदा पंजाब दा सफर हले जारी है ते हुण बारी है पटियाला शहर दी सो पटियाला वालों गैट रेडी क्योंकि असी आ रहे हैं तुहाडे शहर मैं मिलांगी तुहाडे नाल अगली बार तुसी देखते रहो बल्ले बल्ले टीवी सत श्री अकाल जद गौंदा पंजाब बेलियो जद गौंदा पंजाब सोनिया जद गौंदा पंजाब